سیٹھاں دی حکومت سیٹھاں دا ملائن بوہے دے باپ گندن چخے کر دو سال بند کر تیرے در تے تو راسن تکو رشتہ دینے ہے کماد رہا واحد الہی واحد الہی سمجھاونا تکو ذمہ دارا سمجھیں دا میں ذاکر بھی آ جو مومن دے کماند آٹھز کرن بھالا مرا ساڑ نرا چاول چرا منجی چرا کپا چرا اپنی سونی فصل رہا تریجا سال بے عزت ہو گئے کماند ہن نہ ملا لے کو بے عزت کر بی وائی واہ تیرے در تے ٹر کے ڈھائی سال دے پیسے پہلے آ رہے سن اے سیٹھا نہ ملا تے کو رولن نے جی میں رول گئے ہن کماند ونجے تے کماند والے ونجن میں تکو اللہ دی کھیتی دسا جدو دیکھنا جنت دا ثواب ہے یادگار رات دا آیا ہویا گھر نسے گئے ربانی شاعت میں رات اتھائی آٹ کے آئے تو بشیر سالک دا کششاں دیکھ میں ڈوڈو سو میل تے گھر وال وینا میں کہ رات ٹک پواں کشے نہیں ملنی چار پانچ ہزار دا تیل بچا نوے روپے تو ودا کھڑے تیری نوکری پئی کریں دی حکومت دھول نکل گئی ناراض نہ تھی وائے سیاسی آدمی نمی ہاں سڑے کنے آدھا بیٹھا صرف ایک دیئے نبی دی جیندے درد کھڑ کے محمد عزت سمجھائیے بطول کیا ہے اٹھی کے پڑھن دا مضمون ہے بطول کا کوادن قرآن جو آیت آئی کھڑیے بسم اللہ الرحمن الرحیم اے نہ سمجھ پہلے پہ پڑھ دن چھے کرتے پڑھ دیا سے وقت نہ ملدا ساڑ کنے آ گئے ہیں رتوں کے مجلس پوری پڑھ سا تیرے نال بچڑا فراد کرن میں آیا قرآن آدے بسم اللہ الرحمن الرحیم انما اے عالم دین میرے نال بیٹھے عالم دین دا بچڑا قبلہ و کعبہ مولانا غلام حیدر کلو آل اللہ مقامہو فاضل اجل انسان میری لائن دا اون دا بی اے پاس تے صدر اللہ فاضل پیو کنے ڈھیر تعلیم اس میرے نال بیٹھے انما کلمہ حسر قرآن اچ حسر آدن حسار تو مشتق جی میں کوٹ چ کوئی شائع بن چا کرو جیڑے کلام کو اللہ حتمی اٹل فیصلہ کن قرار دے وے اون کو لفظ انما نال شروع کر دے اللہ دے انما یرید اللہ بس ایو کو جے نہ بندے نہ گھٹے ان کو مرجسا آل البیت نجاست تو آنے نیڑے
ਨਬੂਤ ਦੇ ਘਰ ਵਾਲੇ ਨਾ ਆਵੇ। ਤਵੱਜੋ ਰੱਖ ਆਏ ਅਹਲ ਬੈਤ, ਜ਼ਾਲ ਨਹੀਂ ਅਹਲ ਬੈਤ ਚ ਮੈਂ ਦੱਸੇ ਸਾ ਇਹੀ ਆਇਤ ਨਾ। ਵਯੁਤਾਹਿਰਕੁਮ ਤਤਹੀਰਾ ਰਬਾਇਖਾ ਮਰੀਹੀ ਤੇਰੇ ਗੁਮਜਾਲ, ਅੱਲਾਹ ਕਰੇ ਮੈਂ ਤੇਰੇ ਮਿਆਰ ਤੇ ਪੂਰਾ ਉਤਰ ਪਾ। ਬੜਾ ਬੰਦਾ ਹੈ ਕਿਸਮਤ ਨਾਲ ਮਜਲਿਸ ਚ ਆ ਗਏ, ਅੱਜ ਕਿਸਮਤ ਨਾਲ ਸਾ ਕੋਈ ਸੁਣ। ਵਯੁਤਾਹਿਰਕੁਮ ਤਤਹੀਰਾ ਮੈਂ ਤੋ ਆਖੋ ਇਹਦਾ ਤਾਹਿਰ ਬਣਾਏ ਪਾਕ ਬਣਾਏ ਜਿਤਨੀ ਮੇਰੀ ਹੈਸੀਅਤ ਆਈ। ਹੁਣ ਸਾਡੇ ਤੇ ਤੇਰੇ ਨਬੀ ਮਾਖੀ ਚਾਖਾ ਦੀਏ, ਮਾਖੀ ਦੁਨੀਆ ਤੇ ਸਿਰਫ ਜੰਨਤ ਦੀ ਫਿਦਾ ਹੈ। ਜੰਨਤ ਦੇ ਨਾਮਾਤ ਚੋ ਅੱਲਾ ਤੇ ਕੋਈ ਦੁਨੀਆ ਤੇ ਸਿਰਫ ਮਾਖੀ ਦਿੰਦੀ। ਮਾਖੀਓ ਮੁਹੰਮਦ ਖਾ ਦੀਏ ਅਬੂ ਜਹਿਲਾ ਦੇ ਜਿਹੜੀ ਗੱਲੀ ਚੋ ਟੁਰ ਵੰਜਿਆ, ਚੌਡਾ ਚੌਡਾ ਦੀ ਖੁਸ਼ਬੂ ਨਹੀਂ ਵੈਂਦੀ। ਓ ਮੁਸਤਫਾ ਮਾਖੇ ਚਗਾਈਏ ਘਰ ਰਹਿ ਘਰ ਚਡੂ, ਬੜਾ ਨਫੀਸ ਮਿਜ਼ਾਜ ਸਮਾਣੀਆ ਹਨ ਮੁਹੰਮਦ ਦਾ। ਹਿਕ ਡੂ ਕੁਝ ਜੂ ਜੇਕੋ ਆਖ ਲੱਗਨ ਮੁਹੰਮਦ ਦੇ ਬੂਹ ਚੋ, ਅੱਜ ਵੀ ਹਵਾ ਪਈ ਆਉਂਦੀ ਏ ਮੁਹੰਮਦ ਦਾਨ ਮੁਬਾਰਕ ਦਾ ਹਵਾ। ਮਾਈ ਸੈਣ ਨਹੀਂ ਆ ਸਕਦੀ ਤੇਰੇ ਦਿਲ ਦੀ ਗਿਲਾ, ਤੁਹਾਡਾ ਅਮਲੀ ਮੁਜ਼ਾਹਰਾ ਆਇਆ। ਮਾਈ ਸੈਣ ਤੇਰਾ ਸਮਾਣੀਆਂ ਜੋ ਐਨ ਯਾਰਾਂ ਕੋ ਕਿਉਂ ਨਹੀਂ ਆਈ। ਅੱਲਾ ਦੇ ਘਰ ਤੋਂ ਡਰ ਸਾਡੇ ਉੱਤੇ ਫਤਵਾ ਸ਼ੀਆ ਨਹੀਂ ਮੰਨਦੇ ਤੇ ਕੋ ਖੁੱਲੀ ਛੁੱਟੀ ਏ ਤੂੰ ਮੁਹੰਮਦ ਕੋ ਜੋ ਆਖੇ ਆਖ। ਜਾਂਦਾ ਵਾਸਤਾ ਅੱਲਾ ਦੇ ਦਰਬਾਰ ਚ ਰੱਦ ਨਾ ਹੋਵੇ, ਮਸ਼ੀਅਤ ਦੀ ਜ਼ਬਾਨ ਚ ਉਹਨੂੰ ਬਤੂਲਾ। ਸ਼ਾਬਾਸ਼ ਬਲੋਚ ਕੰਦੀ, ਸ਼ਾਬਾਸ਼ ਬਲੋਚਾਂ ਦੀ ਮਾਣ ਜਾਂਦੀ ਇੱਕ ਚਾਦਰ ਸਵਾ ਲੱਖ ਅੰਬੀਆ ਦੇ ਉਮਤਾਂ ਦੇ ਗੁਨਾਹ ਤੇ ਬਦਲ ਰਹਿਮਤ ਬਣ ਕੇ ਛਾ ਜਾਏ ਉਹ ਕੁਰਾਨ ਚ ਬਤੂਲਾ ਦੇ। ਆ ਕਾਇਨਾਤ ਦਾ ਜਿਹੜਾ ਮੁਖਾ ਦੇਵਾ ਮੈਂ ਕੋ ਬੇਨਿਆਸ ਦੀ ਕਸਮ ਏ, ਜਿਹਦੇ ਦਰ ਤੇ ਵਲੀਏ ਮੁਤਲਕ ਵਾਰਿਸ ਮਾਲਕ ਵਲੀਏ ਬਤੂਲ ਹੋ ਕੇ ਮੁਹੰਮਦ ਇਜਾਜ਼ਤ ਮੰਗੇ ਉਹ ਬਤੂਲ ਆਦਰ। ਫਾਜ਼ਲਾ ਕਨੇ ਪੁੱਛ ਕਿਆ ਪਿਆਦਾ ਯਾ ਮੌਲਤੀ ਯਾ ਫਾਤਿਮਾ ਤੋ ਅਗੀਸੀ ਨੀ ਮੌਤ ਬੁਲਾਈ ਖੜੇ ਸਵੇਰੇ ਫਾਸੀ ਲਗਣੀ, ਰਾਤੀ ਛੀ ਰਕਾਤ ਨਮਾਜ਼ ਹਦੀਆ ਬਤੂਲ ਦਾ ਪੜ 510 ਦਫਾ ਸਜਦੇ ਚਾਕ ਯਾ ਮੌਲਤੀ ਯਾ ਫਾਤਿਮਾ ਤੋ ਅਗੀਸੀ ਨੀ। ਤਕਦੀਰ ਬਦਲ ਵੈਸੀ ਮੌਤ ਟਲ ਵੈਸੀ ਤੂੰ ਜੀਂਦਾ ਘਰ ਵਾਲਾ ਸੈ। ਮੈਂ ਕਿਹਾ ਕਿਬਲਾ ਮੁਹੰਮਦ ਬਾਕਰ ਆਖਿਆ ਰਜਬਾਨੇ ਸੈਣ ਦੇ ਇਸਤਗਾਸੇ ਕਰਨੇ ਵੱਡਾ ਅਮਲ ਮੈਂ ਬਾਕਰ ਦੀ ਨਿਗਾਹ ਵਿੱਚ ਕੋਈ ਨਹੀਂ। ਮੈਂ ਕੋ ਆਖਿਆ
ਜਦਨ ਮੈਂ ਰਜਬਾਣੇ ਪਹਿਲੇ ਮਹਰਮ ਤਗੀਅਮ ਬਿਤਾਲੀ ਪੜਿਓ ਬਾਕਰੇ ਹਿੰਦੀ ਮਰ ਜਾਏ ਵਕਤ ਰਜਬ ਦੀ ਸਤਾਵੀਏ ਛੀ ਹਿਜਰੀਏ ਸੂਰਤ ਦਾਰ ਦਾ ਨਜ਼ੂਲ ਥਾਏ ਸੂਰਤ ਦਾਰ ਦੇ ਆਇਆ ਤੇ ਮੁਕੱਦਸਾਤ ਗਿਣ ਕੇ ਬਲੋਚਾ ਦੀਦ ਦਰ ਤੇ ਮੁਹੰਮਦ ਸਲਾਮ ਵਲਾਏ ਅਸਲਾਮ ਅਲੈਕਾ ਯਾ ਬੈਤ ਨਬੂਆ ਵਾ ਮੌਜ਼ੇ ਅਰ ਰਿਸਾਲਾ ਵਾ ਮੁਖਤਲਫ ਅਲ ਮਲਾਇਕਾ ਵਾ ਮਾਵਤ ਅਲ ਵਾਹਿ ਵਾ ਤਨਜ਼ੀਲ ਆਲ ਬੈਤ ਨਬੂਵਤ ਐ ਮਾਦਨ ਰਿਸਾਲਤ ਖਾਨਦਾਨ ਐ ਕੁਰਾਨ ਦੇ ਉਤਰਨ ਦਾ ਮਾਜਗਾ ਘਰਾਨਾ ਐ ਮਲਾਇਕਾ ਤੋਂ ਘਰ ਦੇ ਕੰਮ ਕਰਾਵਣ ਵਾਲੇ ਐ ਤਨਜ਼ੀਲ ਕੁਰਾਨ ਦਾ ਗੜ ਜੁਗਾ ਮੈਂ ਮੁਹੰਮਦ ਦਾ ਸਲਾਮ ਬੰਦੇ ਦੇ ਜੜਾ ਹੁਣ ਨਾਰਾ ਨਾ ਮਾਰੇ ਯਕੀਨਨ ਜਹਨਮੀ ਉਹ ਬੰਦਾ ਜਿਹੜਾ ਯਾ ਅਲੀ ਤੂੰ ਰੋਕੇ ਕੁਰਾਨ ਤੇ ਲਿਖ ਦੇਣਾ ਜਾਨਵਰ ਯਾ ਅਲੀ ਨਹੀਂ ਆਦਾ ਤਾਂ ਰੁਲ ਮਰਸੀ ਜੰਨਤ ਕਾਹ ਨਹੀਂ ਅਗਰ ਯਾ ਅਲੀ ਅਲਕ ਵਲੀ ਜੰਨਤ ਨਹੀਂ ਦਿੰਦਾ ਤਾਂ ਵਤਾ ਅਲੀ ਨਹੀਂ ਜ਼ਿੰਦਾਬਾਦ ਜਿਹੜੀ ਹੋਈ ਚਾਦਰ ਸੰਭਾਲੀ ਬੂਹੇ ਤੇ ਆਈ ਦਰ ਖੋਲਿਆ ਬਾਬਾ ਜਾਨ ਮੈਂ ਤੁਹਾਡੀ ਨਸਬੀ ਧੀ ਆ ਮੇਰੇ ਦਰ ਤੇ ਇਜਾਜ਼ਤ ਫਰਮੈ ਨੈਨ ਮੁਤਲਕੁਲ ਇਨਾਨ ਹਾਕਮ ਦਾ ਅੱਜ ਹੁਕਮ ਥਾਏ ਇਜਾਜ਼ਤ ਮੰਗ ਜ਼ਮਾਨੇ ਕੋ ਸਮਝਾ ਜੋ ਅੰਦਰ ਕੌਣ ਬੈਠਾ ਬਤੂਲ ਬਨਾਵਟ ਨਹੀਂ ਹੁਕਮ ਇਲਾਹੀ ਇੰਨੀ ਹੋਈ ਦੋਫੀ ਬਦਨੀ ਜ਼ੋਫਨ ਯਾ ਬਿੰਤਾ ਮੇਰਾ ਬਚੜਾ ਅੱਜ ਮੇਰੇ ਬਦਨ ਥਕਾਨ ਹੈ ਤੇਰਾ ਘਰ ਬੇਕਸਾਂ ਦੀ ਅਮਾਜਗਾ ਹੈ ਦਿਲ ਕਰ ਗਏ ਧੀ ਦੇ ਘਰ ਆਰਾਮ ਕਰਾਂ ਹੁਜਰਾ ਆਫਰੀਨ ਚ ਪਲੰਗ ਅਦੀਮ ਨਜ਼ੀਰ ਬਣਾਇਆ ਤਕੀਏ ਤੇ ਮੁਹੰਮਦ ਸਿਰ ਰੱਖਿਆ ਚਾਦਰ ਯਮਾਨੀ ਬਾਬੇ ਤੇ ਓੜ ਦਿੱਤੀ ਮੁਹੰਮਦ ਤੇ ਜਿਬਰੀਲ ਨਾਜ਼ਿਲ ਹੋ ਗਿਆ ਅਲੀ ਬਤੂਲ ਮੁਹੰਮਦ ਦੇ ਅਲੀ ਦੇ ਘਰਾਂ ਦੇ ਕੰਮ ਚ ਮਸ਼ਗੂਲ ਹੋ ਗਏ ਯਾਨੀ ਕੋਈ ਇਹਦਾ ਸਰਦਾਰ ਅਲੀ ਜਿਹਦੇ ਦਰ ਤੇ ਮੁਹੰਮਦ ਇਜਾਜ਼ਤ ਮੰਗਦੇ ਉਹ ਅਲੀ ਦੇ ਘਰ ਦੇ ਕੰਮ ਕਰਨ ਦੀ ਕੋਈ ਬੈਠੇ ਸਮਝਣ ਵਾਲਾ ਕੋਈ ਬੈਠੇ ਕੋਈ ਬੈਠੇ ਸੁਣਨ ਵਾਲਾ ਅੱਜ ਤੇ ਕੁਟੰਗੇ ਦਾ ਪੀਆ ਤੇ ਕੁੱਡੇ ਦਾ ਜੋ ਕਿਆ ਤੇਰੀ ਹੱਦ ਕਿੱਥੇ ਤੇਰੀ ਚੋਟੀ ਕਿਤਨੀ ਹੈ ਤੇਰੀ ਬੁਲੰਦੀ ਕਿਆ ਹੈ ਥੋੜੀ ਦੇਰ ਗੁਜ਼ਰੀ ਨੂਰ ਦੀ ਦਾ ਅਹਲੇ ਅਕੂਲ ਜਾ ਨਸ਼ੀਨ ਬਰਹਕ ਰਸੂਲ ਮਕਬੂਲ ਸਿਫਤ ਰਸੂਲ ਫਰਜ਼ੰਦ ਬਤੂਲ ਸ਼ਹਿਨਸ਼ਾਹ ਜ਼ਮੀਨੋ ਜ਼ਮਨ ਕਾਇਨਾਤ ਦੇ ਹੁਸਨ ਤੇ ਅਮੀਰੀ ਦਾ ਮਰਕਜ਼ ਜ਼ਹਰਾ ਦਾ ਵੱਡਾ ਚਾਨਾ ਹਸਨ ਅੰਮੀ ਦੇ ਵੇੜੇ ਆਇਆ ਸ਼ੁਮਰ ਰਾਹ ਜੱਦੀ ਰਸੂਲ ਉੱਲਾਹ
ਸਮੇਂ ਜਾਣ ਨਾਨਕ ਦੀ ਜੰਨਤ ਵਾਲੀ ਖੁਸ਼ਬੂ ਆ ਰਹੀ ਹੈ। ਸ਼ੈਣ ਆਦਿ ਹੁਜਰੇ ਚ ਆਰਾਮ ਪਜ਼ੀਰ ਹੈ, ਹੁਜਰੇ ਦੇ ਬੂਹੇ ਤੇ ਹਸਨ ਆਇਆ ਸਲਾਮ ਅਲੈਕਾ ਯਾ ਜੱਦਾ ਹੋ ਪਿਆਰ ਦਾ ਲੈ ਜਾ ਸੁਣ ਅਲੈਕਾ ਸਲਾਮ ਯਾ ਕੁਰਾਤ ਆਏ ਨੀ ਬਸ਼ਾ ਫਿਆ ਉਮਤੀ ਮੇਰੇ ਅੱਖੀ ਦੀ ਠੰਡਕ ਤੇ ਮੇਰੀ ਉਮਤ ਦਾ ਵਸਮਰਤ ਫਵਾ ਦੀ ਤੇ ਦਿਲ ਦਾ ਮੇਵਾ ਬਚੜਾ ਮੇਰਾ ਹੀ ਸਲਾਮ ਨਾਨਾ ਜਾਨ ਚਾਦਰ ਤਲੇ ਆਵਾ ਨਾਮ ਯਾ ਬੁਨਈਆ ਪਹਿਲੂ ਰਾਸਤ ਚ ਸਿਬ ਤੇ ਅਕਬਰ ਕੋ ਸਵਾਇਆ ਦਿਲ ਆ ਗਏ ਤੇ ਕੂਏ ਸੁਣਾ ਹਿੰਨ ਤਰਾਏ ਮਜਲ ਸਾ ਮੁੰਨੀ ਮਜਲ ਸੀਂਦੀ ਪੜਦਾ ਸੱਜੇ ਪਾਸੇ ਚ ਹਸਨ ਕੋ ਸਮਾਇਆ ਹੁਣ ਜਦਾ ਜ਼ਿਹਨ ਮੈਨੂੰ ਦੇਖੇ ਥੋੜੀ ਦੇਰ ਗੁਜ਼ਰੀ ਇਸ਼ਕ ਦਾ ਕਿਰਦਗਾਰ ਹਿੰਮਤ ਦਾ ਕੋਹੇ ਗਿਰਾ ਸਬਰੋ ਸਕੂਨ ਦਾ ਪਰਵਰਦਿਗਾਰ ਗੁਨਾਹਗਾਰਾਂ ਦੀ ਕੱਦ ਤੇ ਲੱਜ ਆਫੋ ਤਕਸੀਰ ਭਰੇ ਲੋਕ ਕੀਤੇ ਆਬੇ ਕਸੀਰ ਦੋ ਜਗ ਦਾ ਪੀਰ ਸ਼ਬੀਰ ਅੰਮੀ ਦੇ ਵੇੜੇ ਆਇਆ ਭਾਈ ਮੈਰੋ ਦੇਖਣਾ ਜਿੰਦਾ ਰਹਾ ਹਮਾ ਜਾਨ ਨਾਨਕ ਦੀ ਜੰਨਤ ਵਾਲੀ ਖੁਸ਼ਬੂ ਆ ਰਹੀ ਹੈ ਬੀਬੀਆਂ ਦੇ ਤੇਰੇ ਵੱਡੇ ਭਰਾ ਕੋ ਪਾਸੇ ਨਾਲ ਸਮਾਈ ਪਏ ਹੁਜਰੇ ਦੇ ਬੂਹੇ ਤੇ ਹੁਸੈਨ ਆਇਆ ਸਲਾਮ ਅਲੈਕਾ ਯਾ ਜੱਦਾ ਹੋ 50% 50-50 ਮੁਹੰਮਦ ਦਾ ਲੈ ਜਾ ਬਦਲਾ ਅਲੈਕਾ ਸਲਾਮ ਯਾ ਕੁਰਾਤ ਨੀ ਵਾ ਸ਼ਾਫਿਆ ਉਮਤ ਯਾ ਮੇਰੇ ਅੱਖੀ ਦੀ ਠੰਡਕ ਤੇ ਮੇਰੀ ਉਮਰ ਦੀ ਸ਼ਿਫਾ ਦਾ ਠੇਕਦਾਰ ਬਛੜਾ ਮੇਰਾ ਹੀ ਸਲਾਮ ਹੋਵੇ ਪਹਿਲੂ ਨਾਨਾ ਚਾਦਰ ਤਲਿਆ ਮਾ ਮੇਰਾ ਚੰਨ ਪਹਿਲੂ ਚੱਪ ਖੱਬੇ ਪਾਸੇ ਹਸਨ ਕੋ ਸਮਝਾਇਆ ਹੁਣ ਜੇ ਕੋ ਮਾਰੋ ਕਿਆ ਹੋਵੇ ਛੋਟਾ ਮਰੇ ਬਚੜਾ ਹੁਸੈਨ ਦੀ ਮਜਲਿਸ ਚ ਨਾ ਬੋਲੀ ਊ ਛੋਟੇ ਮਰੇ ਬਚੜੇ ਕੋ ਮੈਂ ਦੇਖਣਾ ਚਾਹੁੰਦਾ ਥੋੜੀ ਦੇਰ ਗੁਜ਼ਰੀ ਸੁਲਤਾਨ ਇਮਕਾਨ ਜ਼ੀਨਤ ਦਰੈਨ ਅਜ਼ਮਤ ਹਰਮੈਨ ਸਿਰਲਾ ਫਿਲ ਆਲਮੈਨ ਜਾਫ ਕਾਬਾ ਦਾ ਮੌਲੂਦ ਮੁੱਲ ਮੇ ਜਿਬਰਾਈਲ ਕਾਤਬੇ ਬਾਈ ਇਮਕਾਨ ਦੇ ਨਿਜ਼ਾਮ ਕੋ ਅੰਗਲ ਦੇ ਇਸ਼ਾਰੇ ਤੇ ਕੰਟਰੋਲ ਕਰਨ ਵਾਲਾ ਅਲੀ ਬਤੂਲ ਦੇ ਵੇੜੇ ਆਏ ਓ ਬੀਬੀ ਇਸਤਕਬਾਲ ਕੋ ਉੱਠੀ ਜਦ ਬੂਹੇ ਤੇ ਮੁਹੰਮਦ ਖੜ ਬੈਠਾ ਸਰਦਾਰ ਸਾਹਿਬ ਅੱਲਾ ਦਾ ਬੀਬੀ ਇਸਤਕਬਾਲ ਕੋਠੀ ਜਿਹਦੇ ਬੂਹੇ ਤੇ ਮੁਹੰਮਦ ਖੜ ਬਹਿੰਦਾ ਮਸਤੂਰ ਇਤਨਾ ਮੁਸਕਰਾਈ ਜਿਤਨੀ ਸ਼ਰੀਅਤ ਇਜਾਜ਼ਤ ਦੇ ਪਰ ਮੈਨੂੰ ਨਬੀ ਦੀ ਧੀ ਮਕਬੜੇ ਰਸੂਲ ਆਪਣੇ ਨਬੀ ਦੀ ਖੁਸ਼ਬੂ ਆ ਰਹੀ ਹੈ ਬੀਬੀ ਆਦੀ ਤੇਰੀ ਜੋੜੀ ਕੋ ਗੱਲ ਆ ਕੇ ਸੁੱਤਾ ਪਾਏ ਹੁਜਰੇ ਦੇ ਬੂਹੇ ਤੇ ਅਲੀ ਆਏ ਅਸਲਾਮ ਅਲੈਕਾ ਯਾ ਰਸੂਲ ਅੱਲਾ ਮੁਹੰਮਦ ਜਵਾਬ ਨੀ ਦਿੱਤਾ ਡਿਗਰੀ ਸੁੜਾਈਏ ਅਲੈਕਾ ਸਲਾਮ ਯਾ ਵਸੀਜੀ ਵਜ਼ੀਰੀ ਵਖਲੀਫਤੀ ਮਿੰਬਾਦੀ ਮੇਰਾ ਵਸੀ ਮੇਰਾ ਵਜ਼ੀਰ ਕਿਆਮਤ ਤੱਕ ਮੇਰਾ ਖਲੀਫਾ ਮੇਰੇ ਸਲਾਮ ਹੋਵੇ ਮਾਲੀ ਸਾਹਿਬ ਇਹ ਰਿਵਾਇਤ ਨਹੀਂ ਨਜ਼ਰ ਦੀ ਯਾ ਨਾ ਮੈਂ
محمد دا جواب نہیں نظر آیا یا ہضم کر گئے دید ماری گئی ہے سرکار میں چادر تلے آوا علی پہنچ گیا جڑی ہوئی چادر سنبھالی قدم میں مہمنت لزوم دے نال علی دے ویڑے دی زمین کو مزید متار کر دی ہوئی حجر دے بوہ دے آئی السلام علیکہ یا باتا ہو یا رسول اللہ علیہ السلام یا بذاتی و بنتی بابا میں چادر تلے آوا پر میں جب تک تو نہ آویں بعد میں اس مردی کرسی دا صدر نشین مل رہی چار گھنٹے کھڑی رہی ہے کہنی آگا بیتی محمد گھر نہ جائے